ਐਸਕੇਮ ਦੀ ਕਾਲ ਦੇ ਉੱਪਰ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚੋਂ 14 ਤਰੀਕ ਨੂੰ ਮਹਾ ਪੰਚਾਇਤ ਦੀ ਜਿਹੜੀ ਕਾਲ ਆ ਦਿੱਤੀ ਹੋਈ ਆ ਰੱਖਿਆ ਹੋਇਆ ਤੇ ਉਸ ਨੂੰ ਲੈ ਕੇ ਅੱਜ ਸੰਗਰੂਰ ਦੇ ਮਹਿਲਾ ਚੌਂਕ ਦੇ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਉਗਰਾਹਾਂ ਦੇ ਵੱਲੋਂ ਵੱਡਾ ਇਕੱਠ ਕਰਕੇ ਦਿੱਲੀ ਵੱਲ ਨੂੰ ਜਿਹੜੀਆਂ ਬਸਾਂ ਨੇ ਰਵਾਨਾ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇੱਥੇ ਖੜੇ ਨੇ ਤੇ तकरीबन तकरीबन 12 ਤੋਂ ਲੈ ਕੇ 15 ਜਿਹੜੀਆਂ ਬੱਸਾਂ ਹੈਗੀਆਂ ਨੇ ਇਸ ਜਗ੍ਹਾ ਤੋਂ ਰਵਾਨਾ ਹੋ ਰਹੀਆਂ ਨੇ ਜਿੱਥੇ ਕਿਸਾਨ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਬਣਨ ਜਾ ਰਹੇ ਨੇ ਉੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਔਰਤਾਂ ਨੇ ਔਰਤਾਂ ਵੀ ਕਿਤਨਾ ਕਿਤੇ ਆਪਣਾ ਘਰਵਾਰੋਂ ਚੱਲ ਕੇ ਦਿੱਲੀ ਵਿਖੇ ਜਿਹੜੇ ਹੈਗੇ ਆ ਜਾਣ ਦੀ ਤਿਆਰੀ ਦੇ ਵਿੱਚ ਨੇ ਕਈ ਜਿਹੜੇ ਕਿਸਾਨ ਹੈਗੇ ਨੇ ਉਹ ਬੱਸਾਂ ਦੇ ਵਿੱਚ ਬੈਠ ਚੁੱਕੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਹੈਗੇ ਨੇ ਉਹ ਇਸ ਵਕਤ ਬਾਹਰ ਖੜੇ ਹੋਏ ਨੇ ਤਸਵੀਰਾਂ ਵੀ ਦੇਖ ਸਕਦੇ ਹੋ ਤੇ ਗੱਲਬਾਤ ਕਰਨ ਦੀ ਤਿਆਰੀ ਵੀ ਕਰਦੇ ਆ ਪੰਨੋ ਕਿਸਾਨ ਵੀ ਦੇਖਦੇ ਹੁਣ ਕਿਤੇ ਦੂਜੇ ਪਾਸੇ ਸੀ ਔਰਤਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੰਨਾ ਕਿ ਜਿਹੜਾ ਹੈਗਾ ਵੱਡਾ ਇਕੱਠਾ ਉਹ ਕੀਤਾ ਗਿਆ ਕਿਸ ਤਰੀਕੇ ਨਾਲ ਦੇਖਦੇ ਹੋ ਕੀ ਨਾਮ ਆ ਤੁਹਾਡਾ ਪਹਿਲਾਂ ਤੇ ਮੇਰਾ ਪੂਜਾ ਕੋਰ ਹੈ ਜੀ ਕਿਵੇਂ ਦੇਖਦੇ ਹੋ ਵੱਡਾ ਇਕੱਠ ਕਰਕੇ ਤੁਹਾਡੇ ਵੱਲੋਂ ਅੱਜ ਦਿੱਲੀ ਜਾਇਆ ਜਾ ਰਿਹਾ ਮਹਾ ਪੰਚਾਇਤ ਰੱਖੀ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਕਹਿਣਾ ਚਾਹਨੀ ਆ ਮੋਦੀ ਸਰਕਾਰ ਨੂੰ ਅਸੀਂ ਨਾ ਅਸੀਂ ਧੂਆਂ ਲਿਆ ਕੇ ਦਿਖਾਵਾਂਗੇ ਅਸੀਂ ਤਾਂ ਹੀ ਦਿੱਲੀ ਅੱਜ ਜਾ ਰਹੇ ਆ ਗਰਾਹਾਂ ਜਥੇਬੰਦੀਵਾਂ ਵੱਲੋਂ ਸਾਰੇ ਇਕੱਠੇ ਹੋ ਕੇ ਕਿਵੇਂ ਦੇਖਦੇ ਹੋ ਜਿੱਥੇ ਕਿਸਾਨ ਜਾ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਲੇਡੀਜ਼ ਔਰਤਾਂ ਵੀ ਜਿਹੜੀਆਂ ਹੈਗੀਆਂ ਨੇ ਉਹ ਤਾਂ ਹਿੱਸਾ ਬਣ ਰਹੀਆਂ ਨੇ ਕਈ ਕਾਫੀ ਬੱਸਾਂ ਤੁਹਾਡੀਆਂ ਸਪੈਸ਼ਲ ਔਰਤਾਂ ਦੇ ਰੱਖੇ ਹੋਏ ਨੇ ਕਿਵੇਂ ਦੇਖਦੇ ਹੋ ਚੀਜ਼ ਨੂੰ ਸਾਡਾ 5 ਲੱਖ ਬੰਦਾ ਆ ਰਿਹਾ ਵਾ ਕਾਫਲਾ ਅਸੀਂ ਸਾਰੇ ਇਕੱਠੇ ਜਾਵਾਂਗੇ ਕਿੰਨੇ ਬੰਦਾ ਜਾਊਗਾ ਸਾਡਾ ਦਿੱਲੀ 5 ਲੱਖ ਔਰਤਾ 5 ਲੱਖ ਬੰਦਿਆਂ ਦਾ ਹਾਂ ਮੋਦੀ ਦੇ ਨਾਲ ਸਿੱਤੂ ਵਾਲਿਆ ਕਰੇ ਛੱਡਾਂਗੇ ਅਸੀਂ ਮੈਂ ਤਾਂ ਕਿਵੇਂ ਦੇਖਦੇ ਹਾਂ ਜਦੋਂ ਘਰੋਂ ਨਿਕਲਦੇ ਹਾਂ ਤਾਂ ਘਰ ਦੇ ਕੰਮਕਾਰ ਜਿਵੇਂ ਪਹਿਲਾਂ ਸਵਾ ਸਾਲ ਲੇਢ ਸਾਲ ਤੋਂ ਉਹਨੂੰ ਦਿੱਲੀ ਲੱਗ ਗਿਆ ਤਾਂ ਹੁਣ ਵੀ ਅਗਰ ਲੰਬਾ ਸਮਾਂ ਲੱਗ ਸਕਦਾ ਜਾਂ ਕੋ ਕਾਰੋਬਾਰ ਛੱਡ ਦੋਗੇ ਅਸੀਂ ਤਾਂ ਤਿੱਖੇ ਹੋਗੇ ਧਨਵਾਰਾਂ ਵਰਗੇ ਅਸੀਂ ਦਿੱਲੀ ਵੱਲ ਨੂੰ ਤਿਆਰ ਪਰ ਤਿਆਰ ਰਹਨੇ ਸਾਡੇ ਬੱਚੇ ਕਹਿੰਦੇ ਤੁਹਾਨੂੰ ਕੰਮ ਦਾ ਕੋਈ ਫਿਕਰ ਨਹੀਂ ਆਪਣੀਆਂ ਜ਼ਮੀਨਾਂ ਸਾਹਮੋ ਜੀਐਮਸੀ ਲਊ ਤੁਸੀਂ ਵੀ ਸਾਨੂੰ ਕੋਈ ਘਰ ਦਾ ਫਿਕਰ ਨਹੀਂ ਹੈਗਾ ਬੱਚਿਆਂ ਦੀ ਸਿਰ ਤੇ ਸਾਡੇ ਬੱਚੇ ਇਸ ਦਾ ਸਿਰ ਦੇਣ ਨੂੰ ਤਿਆਰ ਅਸੀਂ ਕਹਿ ਕੇ ਆਏ ਬੱਚਿਆਂ ਨੂੰ ਵੀ ਆਗੇ ਤਾਂ ਸਮਝ ਲਿਓ ਜੇ ਨਾ ਆਏ ਤਾਂ ਖੱਪਣ ਸਿਰ ਤੇ ਬੰਨ ਕੇ ਲੈ ਕੇ ਆਏ ਅਸੀਂ ਹਾਂ ਸਾਨੂੰ ਕੋਈ ਪਰਵਾਹ ਨਹੀਂ ਕਰਦੀ ਇਹ ਮਾ ਤਾਂ ਮੰਗਾ ਨੂੰ ਕਿਵੇਂ ਦੇਖਦੇ ਹੋ ਲੜਾਈ ਉਹੀ ਆ ਉਹੀ ਮੰਗਾ ਨੇ ਉਹ ਮੰਗਾ ਨੂੰ ਲੈ ਕੇ ਲੰਮਾ ਸਮਾਂ ਪਹਿਲਾਂ ਲੱਗੇ ਰਹੇ ਹੁਣ ਦੁਬਾਰਾ ਫੇਰ ਓ ਸੁੱਤੀ ਪਈ ਹੈ ਸਰਕਾਰ ਅਸੀਂ ਜਗਾਉਣਾ ਚਾਹੁੰਨੇ ਲੂਣਾ ਮਾਰ ਕੇ ਜਗਾਉਣਾ ਨੇ ਵੀ ਤੁਸੀਂ ਜਾਗੋ ਕਿਉਂ ਨਹੀਂ ਜਾਗਦੇ ਚਾੜਣਗੇ ਇੱਕ ਦਿਨ ਜਗਾ ਕੇ ਛੱਡਾਂ ਪਹਿਲਾਂ ਵੀ ਮਨਾਏ ਤੇ ਹੁਣ ਵੀ ਮਨਾਵਾਂਗੇ ਅਸੀਂ ਅਸੀਂ ਮੋਦੀ ਤੋਂ ਹਾਰ ਨਹੀਂ ਮੰਨਦੇ ਉਹਨੂੰ ਹਰਾ ਕੇ ਛੱਡਾਂਗੇ ਅਸੀਂ ਸਾਨੂੰ ਸਾਡੇ ਬੱਚਿਆਂ ਦੇ ਹੱਕ ਚਾਹੀਦੇ ਅਸੀਂ ਆਪਣੇ ਹੱਕ ਮੰਗਦੇ ਅਸੀਂ ਭੀਖ ਨਹੀਂ ਮੰਗਦੇ ਬਿਲਕੁਲ ਵੱਡੀ ਗਿਣਤੀ ਚ ਔਰਤਾਂ ਸ਼ਾਮਿਲ ਨੇ ਤੁਹਾਨੂੰ ਪਹਿਲਾਂ ਇਹ ਤਸਵੀਰਾਂ ਦਿਖਾ ਦਈਏ ਕਿ ਕਾਫੀ ਜ਼ਿਆਦਾ ਗਿਣਤੀ ਹੈ ਜਿਹੜੀ ਬਸਾਂ ਦੀ ਹੈਗੀ ਆ ਅੱਜ 13 ਤਰੀਕ ਨੂੰ ਜਿਹੜੇ ਕਿਸਾਨ ਨੇ ਸੰਗਰੂਰ ਮਹਿਲਾ ਚੌਂਕ ਤੋਂ ਚੱਲ ਰਹੇ ਨੇ ਤੇ ਬਿਲਕੁਲ ਦਿੱਲੀ ਦੇ ਬਾਰਡਰਾਂ ਦੇ ਉੱਪਰ ਜਾ ਕੇ ਜਿਹੜੀ ਹੈਗੀ ਆ ਇੱਕ ਦਿਨ ਦੀ ਸਟੇ ਕਿਸਾਨਾਂ ਦੇ ਵੱਲੋਂ ਕੀਤੀ ਜਾਊਗੀ ਤੇ ਕੱਲ तकरीबन 10 ਵਜੇ ਦਾ ਸਮਾਂ ਜਿਹੜਾ ਹੈਗਾ ਕਿਸਾਨਾਂ ਦੇ ਵੱਲੋਂ ਮਹਿਲਾ ਉੱਤੇ ਜਿਹੜਾ ਬਣਿਆ ਹੋਇਆ ਜਿਹੜਾ ਗਰਾਊਂਡ ਜਿਸ ਜਗ੍ਹਾ ਦੇ ਉੱਪਰ ਪ੍ਰਦਰਸ਼ਨ ਕੀਤਾ ਜਾਊਗਾ ਉਸ ਜਗ੍ਹਾ ਦੇ ਉੱਪਰ ਮਹਿਲਾ ਚੌਂਕ ਤੋਂ ਪਹੁੰਚਾ ਜਾਊਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਬੱਸਾਂ ਲੈ ਕੇ ਜਿਹੜੇ ਕਿਸਾਨ ਨੇ ਉਹ ਕਿਤਨਾ ਕਿਤੇ ਰਵਾਨਾ ਹੋ ਚੁੱਕੇ ਨੇ ਇਸ ਵਕਤ ਤਿਆਰੀਆਂ ਮੁਕੰਮਲ ਨੇ ਤੇ ਉਹ ਤਿਆਰੀਆਂ ਨੂੰ ਲੈ ਕੇ ਜਿਹੜੇ ਕਿਸਾਨ ਹੈਗੇ ਨੇ ਇਸ ਵਕਤ ਰਵਾਨਗੀ ਕਰ ਚੁੱਕੇ ਨੇ ਗੱਲਬਾਤ ਵੀ ਕਰਦੇ ਹਾਂ ਕਿਸਾਨਾਂ ਦੇ ਨਾਲ ਕਿਸ ਤਰੀਕੇ ਨਾਲ ਦੇਖਦੇ ਹਾਂ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਵੱਲੋਂ ਇੱਥੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਵੱਲੋਂ ਸ joint ਮੋਰਚੇ ਦੇ ਸੱਦੇ ਤੇ ਕੱਲ ਨੂੰ ਸਾਡੀ ਵੱਡੀ ਰੈਲੀ ਆ ਅਸੀਂ ਅੱਜ ਵੱਡੇ ਪੱਧਰ ਤੇ ਬਲਾਕ ਪਵਾਨੀਗੜ੍ਹੋਂ ਮਹਿਲਾ ਮੰਡੀ ਚੋਂ ਤੁਰ ਰਹੇ ਹਾਂ ਆਉਣ ਵਾਲਾ ਜਿਹੜਾ ਜਵਾਬ ਹੈ ਸਰਕਾਰ ਦਾ ਜਿਹੜੇ ਸਾਡੇ ਬੈਠੇ ਕਿਸਾਨਾਂ ਦੇ ਨੌਜਵਾਨਾਂ ਨੂੰ ਬਾਡਰਾਂ ਦੇ ਉੱਤੇ ਮਾਰਿਆ ਉਹਦਾ ਜਵਾਬ ਇੱਟ ਦਾ ਪੱਥਰ ਨਾਲ ਦੇਵਾਂਗੇ ਮਤ ਭੁੱਲੇ ਸਰਕਾਰ ਇੱਥੇ ਜ਼ੁਲਮ ਕਰਕੇ ਬੜਾ ਦੇਖਿਆ ਇੱਥੇ ਅੰਗਰੇਜ਼ਾਂ ਨੇ ਜੱਲਿਆਂ ਵਾਲੇ ਬਾਗ ਚ ਘੇਰ ਕੇ ਖੂਨ ਦੀਆਂ ਨਦੀਆਂ ਬਗਾਈਆਂ ਨੇ ਪਰ ਲੋਕ ਕਦੇ ਵੀ ਗੋਲੀ ਨਾਲ ਨਹੀਂ ਹਾਰੇ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਵਾਂਗੇ ਦੇਖਾਂਗੇ ਸਰਕਾਰ ਕੀ ਕਰਦੀ ਹੈ ਕਿੰਨੀ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਘਰਾਚੋ ਪਿੰਡ ਤੋਂ ਜਿਹੜੇ ਹੈਗੇ ਨੇ ਕਿਸਾਨ ਸ਼ਾਮਿਲ ਹੋ ਰਹੇ ਨੇ ਔਰਤਾਂ ਵੀ ਦੇਖਿਆ ਵੱਡੀ ਗਿਣਤੀ ਦੇ ਵਿੱਚ ਨੇ ਅੱਜ ਪਿੰਡ ਘਰਾਚੋ ਤੋਂ ਅਸੀਂ ਦੋ ਵੱਡੀਆਂ ਬੱਸਾਂ ਭਰ ਕੇ ਲੈ ਕੇ ਆਏ ਆ ਜਿਦੇ ਵਿੱਚ ਸਾਡੀਆਂ ਵੱਡੀ ਗਿਣਤੀ ਵਿੱਚ ਮਾਮਾ ਪੈਣਾ ਨੇ ਤੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਨੇ ਲਗਭਗ 100 ਤੋਂ ਪਲੱਸ ਗਿਣਤੀ ਹੈ ਜਿਹੜੀ ਬਲਾਕ ਭਵਾਨੀਗੜ੍ਹ ਦੀ ਗਿਣਤੀ ਹੈ ਜਿਹੜੀ ਅੱਜ ਉਹ ਸਾਨੂੰ ਐ ਲੱਗਦਾ ਵੀ ਅਸੀਂ 11-1200 ਤੋਂ ਪਲੱਸ ਗਿਣਤੀ ਉਹ ਜਾਊਗੀ ਤੇ ਮੂਨਕ ਬਿਖਿਆ ਸੀ ਸਾਰੇ ਸੰਗਰੂਰ ਜ਼ਿਲ੍ਹੇ ਦਾ ਕੱਟ ਕਰਨਾ ਜਿਸ ਦੇ ਵਿੱਚ ਘੱਟੋ ਘੱਟ ਗਿਣਤੀ 15010 ਦੇ ਲਗਭਗ ਹੋਗੀ ਬੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਹੈ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਜੋ ਗੁੱਸਾ ਫੁੱਟਿਆ ਹੈ ਲੋਕਾਂ ਦਾ ਵੀ ਕੈਂਦੀ ਕੁਸਤੀ ਸਰਕਾਰ ਕਰਦੀ ਕੁਸਾ ਜੋ ਪਹਿਲਾ ਅੰਦੋਲਨ ਚੱਲਿਆ 2020 ਦੇ ਵਿੱਚ ਉਹ ਮੰਗਾ ਮੰਨੀਆਂ ਹੋਈਆਂ ਮੰਗਾ ਤੋਂ ਮੁੱਕ ਰਹੀ ਹੈ ਸਰਕਾਰ ਉਹ ਮੰਗਾ ਲਾਗੂ ਕਰਵਾਉਣ ਵਾਸਤੇ ਸ਼ਾਂਤਮਈ ਤਰੀਕੇ ਨਾਲ ਜਿਵੇਂ ਪੜਾ ਹੁੰਦੇ ਨੇ ਪੜਾਦਰ ਪੜਾ ਜਿਵੇਂ ਕੋਠੇ ਤੇ ਚੜਨ ਵਾਸਤੇ ਪੌੜੀ ਲਾਉਣੇ ਆਪਾਂ ਇੱਕ ਟੰਬਾ ਦੂਜਾ ਟੰਬਾ ਲਾ ਕੇ ਫਿਰ ਕੋਠੇ ਤੇ ਚੜਦਿਆਂ ਆ ਇਸ ਤਰ੍ਹਾਂ ਹੀ ਸਾਡੀ ਲੜਾਈ ਦੇ ਪੜਾਣ ਨੇ ਹੁਣ ਅਸੀਂ ਇੱਕ ਦਿਨ ਦਾ ਜਿਹੜਾ ਰੈਲੀ ਕਰਕੇ ਆ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਫਿਰ ਅਗਲਾ ਕਾਲ ਕੀ ਆਉਂਦੀ ਹੈ ਸੰਯੁਕਤ ਮੋਰਚੇ ਵੱਲੋਂ ਉਸ ਤਰ੍ਹਾਂ ਪੱਕੇ ਮੋਰਚਿਆਂ ਦੀ ਆਉਂਦੀ ਆ ਇੱਕ ਦਿਨ ਦੀ ਆਉਂਦੀ ਆ ਵੱਖੋ ਵੱਖਰੇ ਸਟੇਟਾਂ ਦੀ ਕਾਲ ਆਉਂਦੀ ਆ ਉਹਦਾ ਕੀ ਆਉਂਦਾ ਉਸੇ ਤਰ੍ਹਾਂ ਲੜਾਈ ਜੱਥੇਬੰਦੀ ਜਾਰੀ ਰੱਖੂਗੀ ਮਨਜੀਤ ਜੀ ਅੱਜ ਦੁਪਹਿਰੇ ਚੱਲ ਰਹੇ ਹਾਂ ਅੱਗੇ ਦਾ ਕੀ ਪਲਾਨ ਆ ਕੱਲ ਕਿੰਨੇ ਵਜੇ ਪਹੁੰਚੋਗੇ ਕੀ ਕਿੱਥੇ ਰੁਕਣਾ ਤੁਹਾਨੂੰ ਅੱਗੇ ਅਸੀਂ ਰੋਤਕ ਸਾਡਾ ਪ੍ਰੋਗਰਾਮ ਬਣਾਇਆ ਹੈ ਠਹਿਰਨ ਦਾ ਅਸੀਂ ਕੱਲ ਨੂੰ ਸਾਜਰੇ ਜਣੇ ਕਿ ਆਰਾਮ ਲੀਲਾ ਗਰਾਊਂਡ ਦੇ ਵਿੱਚ ਪਹੁੰਚਾਂਗੇ ਵੱਡੀ ਗਿਣਤੀ ਆ ਸਾਡੀ ਅਸੀਂ ਮੂਨਕ ਤੋਂ ਵੱਡੇ ਪੱਤ ਜਾਨੀ ਕਿ ਜ਼ਿਲ੍ਹੇ ਦਾ ਪੂਰਾ ਕਾਫਲਾ ਲੈ ਕੇ ਤੁਰਾਂਗੇ ਵੱਡੀ ਗਿਣਤੀ ਆ ਲੋਕਾਂ ਦੇ ਵਿੱਚ ਵੱਡਾ ਰੋਸ ਆ ਜਿਹੜਾ ਸਰਕਾਰ ਨੇ ਜ਼ੁਲਮ ਕੀਤਾ ਉਹਦਾ ਜਵਾਬ ਦੇਣ ਵਾਸਤੇ ਜਾ ਰਹੇ ਆ ਜਿਵੇਂ ਸਾਥੀ ਨੇ ਦੱਸਿਆ ਵੀ ਅਸੀਂ ਪੜਾ ਦਰ ਪੜਾ ਜਾਨੀ ਕਿ ਲੜਾਈ ਐ ਲੋਕਾਂ ਦਾ ਹਜੂਮ ਇਹਨਾਂ ਦੇ ਵਰਕਰਾਂ ਪੁੱਠੂਗਾ ਇਹਨਾਂ ਦੇ ਗੁਲਾਮਿਆਂ ਨੂੰ ਪਹਿਣਗੇ ਲੋਕ ਇਹਨਾਂ ਨੇ ਲੋਕਾਂ ਦੇ ਘਰਾਂ ਚ ਆਉਣਾ ਇਹਨਾਂ ਨੇ ਚੋਣਾ ਲੜਨੀਆਂ ਨੇ ਇਹਨਾਂ ਨੂੰ ਇੱਟ ਦਾ ਜਵਾਬ ਲੋਕ ਪੱਥਰ ਨਾਲ ਦੇਣਗੇ ਮਤ ਭੁੱਲਣ ਵੀ ਅਸੀਂ ਗੋਲੀ ਮਾਰ ਕੇ ਘਰਾਂ ਚ ਬੈਠਾਂਗੇ ਜਾਂ ਕੋਈ ਅਸੀਂ ਸ਼ਾਂਤਮਈ ਤਰੀਕੇ ਨਾਲ ਰਹਿ ਜਾਾਂਗੇ ਉਹ ਸ਼ਾਂਤਮਈ ਤਰੀਕੇ ਨਾਲ ਰਹਿ ਕੇ ਅਸੀਂ ਇਹਨਾਂ ਨੂੰ ਮੂੰਹ ਤੋੜਵਾ ਜ ਅੱਜ ਵੜਨਗੇ ਮਤ ਭੁੱਲਣਾ ਅਕਾਲੀ ਵੀ ਅਸੀਂ ਗੱਠ ਜੋੜ ਕਰਕੇ ਭਾਜਪਾ ਨਾਲ ਅਸੀਂ ਇੱਥੇ ਸਰਕਾਰਾਂ ਚ ਕਾਮਯਾਬ ਹੋ ਜਾਾਂਗੇ ਇਹਨਾਂ ਨੂੰ ਦੁਬਾਰ ਕਰਦੇ ਆਂਗੇ ਪਿੰਡਾਂ ਚ ਵੜੇ ਕਿਵੇਂ ਗੱਠ ਜੋੜ ਹੋਇਆ ਫਿਰ ਉਹਨਾਂ ਦਾ ਤੁਹਾਡੇ ਵੱਲੋਂ ਕੋਈ ਵੋਟਾਂ ਵਗੈਰਾ ਰੱਖੀ ਇਹ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਏਸੇ ਲੋੜ ਸਰਕਾਰ ਜ਼ੁਲਮ ਕਰਦੀ ਹੈ ਤਾਂ ਆਉਣ ਵਾਲਾ ਸਮਾਂ ਪੰਜਾਬ ਚ ਉਹ ਬਣੂਗਾ ਜਿਹੜਾ ਬੀਚ ਬਣਿਆ ਤੀਗਾ ਤੇ ਹੱਥ ਬੰਨ੍ਹਦੇ ਫਿਰਦੇ ਤੇ ਸੈਂਟਰ ਸਰਕਾਰ ਮੂਰੇ ਵੀ ਕਿਵੇਂ ਨਾ ਕਿਵੇਂ ਕਰਕੇ ਗੱਲ ਨਿਮੇੜੋ ਸਾਨੂੰ ਲੋਕਾਂ ਨੇ ਘਰੋਂ ਨਿਕਲਣਾ ਦੁੱਬਰ ਕਰਤਾ ਜਿਹੜੇ ਮਾਰਦੇ ਨੇ ਨਾ ਇਹਨਾਂ ਨੂੰ ਆਪਦੇ ਘਰਾਂ 'ਚ ਜਾਨੀ ਕਿ ਬੰਦ ਰਹਿਣਾ ਪਊਗਾ ਇਹੋ ਜਿਹੇ ਹਾਲਾਤ ਪੈਦਾ ਕਰਾਂਗੇ ਪੰਜਾਬ ਦੇ ਅੰਦਰ ਬਿਲਕੁਲ ਤਾਂ ਮਹਾਪੰਚਾਇਤ ਦਿੱਲੀ ਰੈਲੀ ਨੂੰ ਲੈ ਕੇ ਮਹਿਲਾ ਚੌਂਕ ਤੋਂ ਜਿਹੜੀਆਂ ਹੈਗੇ ਨੇ ਵੱਡੀ ਗਿਣਤੀ ਵਿੱਚ ਬੱਸਾਂ ਰਵਾਨਾ ਹੋ ਰਹੀਆਂ ਨੇ ਇੱਕ ਦਿਨ ਰੋਧਕ ਜਿਹੜੀ ਹੈਗੀ ਆ ਰੁਕੇ ਜਾਊਗਾ ਤੇ ਕੱਲ ਨੂੰ ਆਰਾਮ ਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਦੇ ਵੱਲੋਂ ਸਵੇਰੇ ਪਹੁੰਚ ਕੇ ਜਿਹੜੀ ਇਹ ਰੈਲੀ ਆ ਉਹਦੀ ਸ਼ੁਰੂਆਤ ਕੀਤੀ ਜਾਊਗੀ ਤੇ ਸਾਫ਼ ਤੌਰ ਤੇ ਕਿਸਾਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਕਿ ਅਗਰ ਸਾਡੀਆਂ ਕਿਸਾਨੀ ਮੰਗਾਂ ਸਰਕਾਰ ਦੇ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਤਾਂ ਔਰ ਵਾਲੀਆਂ ਚੋਨਾਂ ਦੇ ਵਿੱਚ ਸਾਡੇ ਵੱਲੋਂ ਲਗਾਤਾਰ ਜਿਹੜੇ ਹੈਗੇ ਨੇ ਵਿਰੋਧਾਂ ਦਾ ਸਾਹਮਣਾ ਸਰਕਾਰ ਨੂੰ ਕਰਨਾ ਪਊਗਾ ਚਰਨਜੀਤ ਕੌਸ਼ਲ ਸੰਗਰੂਰ ਤੋਂ న్యూਸ ਰਿਪੋਰਟ ਪੰਜਾਬ